ਲੋਕ ਸਭਾ ਹਲਕਾ ਲੁਧਿਆਣਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਆਪਣੇ ਨੇੜਲੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੂੰ 19,709 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ। ਬਿੱਟੂ ਨੂੰ 3,464 ਵੋਟਾਂ, ਫੂਲਕਾ ਨੂੰ 2,80,750 ਵੋਟਾਂ ਹਾਸਲ ਕਰਕੇ ਦੂਜੇ ਸਥਾਨ ਤੇ ਰਹੇ। ਜਦਕਿ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਆਲੀ ਨੂੰ 2,50,590 ਵੋਟਾਂ ਲੈ ਕੇ ਤੀਜੇ ਅਤੇ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ 2,10,917 ਵੋਟਾਂ ਪ੍ਰਾਪਤ ਕਰਕੇ ਚੌਥੇ ਸਥਾਨ ਤੇ ਰਹੇ। ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਪਹਿਲੀ ਵਾਰ ਉਮੀਦਵਾਰ ਵਜੋਂ ਸ਼ਾਮਿਲ ਕੀਤੇ ਗਏ ਨੋਟਾ ਵੋਟਾਂ ਨੂੰ 3,220 ਵੋਟਾਂ ਨੇ ਇਸ ਹੱਕ ਦਾ ਇਸਤੇਮਾਲ ਕਰਦਿਆਂ ਸਾਰੇ ਉਮੀਦਵਾਰਾਂ ਨੂੰ ਰੱਦ ਕਰ ਦਿੱਤਾ। ਇਸ ਮੌਕੇ ਬਿੱਟੂ ਦੀ ਜਿੱਤ ਕਾਰਨ ਉਤਸ਼ਾਹਿਤ ਹੋਏ ਕਾਂਗਰਸ ਲੁਧਿਆਣਾ ਸੀ। ਕਾਂਗਰਸ ਦੇ ਜਵਾਨ ਜੁਝਾਰੂ ਔਰ ਜ਼ਮੀਨੀ ਲੀਡਰ ਸ਼੍ਰੀ ਰਵਨੀਤ ਸਿੰਘ ਜੀ ਬਿੱਟੂ, ਜਿਨ੍ਹਾਂ ਨੂੰ ਆਸ਼ੀਰਵਾਦ ਸਾਡੇ ਸ਼ਹੀਦ ਆਜ਼ਮ ਸਰਦਾਰ ਬੇਅੰਤ ਸਿੰਘ ਜੀ ਦਾ ਆਸ਼ੀਰਵਾਦ ਪ੍ਰਾਪਤ ਸੀਗਾ, ਉਹਨਾਂ ਨੇ ਸਾਡੇ ਕਾਂਗਰਸ ਪਾਰਟੀ ਦੇ ਜ਼ਮੀਨੀ ਔਰ ਜੁਝਾਰੂ ਵਰਕਰਾਂ ਦੇ ਨਾਲ ਜੋ ਮਿਹਨਤ ਕਰਕੇ ਔਰ ਜਨਤਾ ਦੇ ਵਿੱਚ ਘਰ ਘਰ ਡੋਰ ਟੂ ਡੋਰ ਵਿਚਰ ਕੇ ਇਹ ਜਿਹੜੀ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਹੈ, ਮੈਂ ਸਮਝਦਾ ਇਹ ਪੰਜਾਬ ਦੇ ਵਿੱਚ, ਇਹ ਭਾਰਤ ਪੂਰੇ ਭਾਰਤ ਮਹਾਨ ਦੇ ਵਿੱਚ ਮੈਂ ਬਹੁਤ ਵੱਡੀ ਜਿੱਤ ਗਿਣਦਾ। ਕਿਉਂਕਿ ਸ਼੍ਰੀ ਰਵਨੀਤ ਜੀ ਦੇ ਬਿੱਟੂ ਨੂੰ ਸਿਰਫ 23 ਦਿਨ ਦਾ ਸਮਾਂ ਮਿਲਿਆ। ਇਸ 23 ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਸਾਹਿਬਾਨ, ਲੀਡਰ ਸਾਹਿਬਾਨ ਔਰ ਮੈਂ ਸਮਝਦਾ ਪਰਿਵਾਰ ਇੱਕ ਮੁੱਠ ਹੋ ਕੇ ਲੱਗਿਆ ਔਰ ਇਤਿਹਾਸਿਕ ਜਿੱਤ ਦਿੱਤੀ। ਮੈਂ ਸਾਰੇ ਲੁਧਿਆਣੇ ਵਾਸੀਆਂ ਦਾ, ਖਾਸ ਕਰ ਪੰਜਾਬ ਵਾਸੀਆਂ ਦਾ ਔਰ ਵਿਦੇਸ਼ਾਂ ਤੋਂ ਜਿਨ੍ਹਾਂ ਦੋਸਤਾਂ ਨੇ, ਮਿੱਤਰਾਂ ਨੇ, ਪਰਿਵਾਰਾਂ ਨੇ ਸਾਨੂੰ ਵੋਟ ਔਰ ਮਦਦ ਕੀਤੀ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਸਿੱਧੂ ਜੀ, ਅੱਜ ਜਿਵੇਂ ਰਿਜ਼ਲਟ ਆਇਆ, ਤੁਸੀਂ ਜਿੱਤੇ ਲੁਧਿਆਣਾ ਲੋਕ ਸਭਾ, ਕਿੱਦਾਂ ਦਾ ਮਹਿਸੂਸ ਹੋ ਰਿਹਾ? ਕਿੰਨੀ ਖੁਸ਼ੀ ਹੈ? ਬਹੁਤ ਵੱਡੀ ਖੁਸ਼ੀ ਹੈ ਜੀ ਸਾਨੂੰ ਵਰਕਰਾਂ ਦੇ ਵਿੱਚ, ਅਹੁਦੇਦਾਰਾਂ ਦੇ ਵਿੱਚ, ਕਿਉਂਕਿ ਇਹ ਕਾਂਗਰਸ ਪਾਰਟੀ ਦੀ ਜਿਹੜੀ ਬਿੱਟੂ ਜੀ ਦੀ ਜਿੱਤ ਹੈ, ਇਹ ਵਰਕਰਾਂ ਦੀ ਜਿੱਤ ਹੈ, ਕੰਮ ਦੀ ਜਿੱਤ ਹੋਈ ਹੈ। ਬਿੱਟੂ ਜੀ ਬਹੁਤ ਹਰਮਨ ਪਿਆਰੇ ਨੇ, ਉਹਨਾਂ ਦੇ ਵਿੱਚ ਨਿਮਰਤਾ ਅਤੇ ਸਹਿਨਸ਼ੀਲਤਾ ਇੰਨੀ ਜ਼ਿਆਦਾ ਹੈ ਕਿ ਲੋਕਾਂ ਨੇ ਉਹਨਾਂ ਨੂੰ ਆਪਣੇ ਪਿਆਰ ਦਾ ਸਬੂਤ ਦਿੱਤਾ। ਅਤੇ ਉਮੀਦ ਸੀਗੀ ਵੀ ਬੇਟਾ ਥੋੜ੍ਹਾ ਟਾਈਮ ਮਿਲਿਆ ਸੀਗਾ ਤੁਹਾਨੂੰ, ਜਿਵੇਂ ਟਿਕਟ ਬੜੀ ਲੇਟ ਡਿਕਲੇਅਰ ਹੋਈ ਸੀ, ਬੇਟਾ ਥੋੜ੍ਹਾ ਟਾਈਮ ਸੀ, ਕਿੰਨਾ ਦਿਨ ਰਾਤ ਤੁਸੀਂ? ਟਾਈਮ ਮਤਲਬ ਇਹ ਹੈ ਕਿ ਇੰਨੇ ਜ਼ਿਆਦਾ ਮਿਹਨਤੀ ਨੇ ਬਿੱਟੂ ਜੀ ਵੀ, ਉਹਨਾਂ ਨੇ 20-20 ਘੰਟੇ ਕੰਮ ਕਰਕੇ, ਕੰਪੇਨ ਕਰਕੇ ਇਸ ਬਾਜੀ ਨੂੰ ਜਿੱਤਿਆ ਹੈ। ਨਹੀਂ, 20 ਦਿਨ ਦੇ ਵਿੱਚ ਇੰਨਾ ਗੋਲ ਹਾਸਲ ਕਰਨਾ ਬਹੁਤ। ਕਾਂਗਰਸ ਦੇ ਵਰਕਰਾਂ ਤੇ ਆਗੂਆਂ ਵੱਲੋਂ ਲੱਡੂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ ਗਿਆ। ਕਾਂਗਰਸ ਦੇ ਆਗੂਆਂ ਤੇ ਵਰਕਰਾਂ ਵੱਲੋਂ ਭੰਗੜੇ ਵੀ ਪਾਏ ਗਏ। ਇਸ ਖੁਸ਼ੀ ਵਿੱਚ ਮਹਿਲਾ ਵਰਕਰ ਵੀ ਭਾਰੀ ਗਿਣਤੀ ਵਿੱਚ ਮੌਜੂਦ ਸਨ। ਲੁਧਿਆਣਾ ਤੋਂ ਅੰਮ੍ਰਿਤਪਾਲ ਸਿੰਘ ਦੀ ਰਿਪੋਰਟ।